ਖਬਰ ਲੈਂਦੇ ਹਾਂ ਰਾਜਪੁਰੇ ਤੋਂ। ਪੈਪਸੂ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਜਗਦੀਸ਼ ਜੱਗਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ। ਮਾਮਲਾ ਨਗਰ ਕੌਂਸਲ ਵੱਲੋਂ ਪੈਪਸੂ ਵਿਕਾਸ ਬੋਰਡ ਦੀ 2 ਏਕੜ ਦੇ ਲਗਭਗ ਜ਼ਮੀਨ ਜੋ ਕਿ ਗ੍ਰੀਨ ਬੈਲਟ ਵਾਸਤੇ ਹੈ ਅਤੇ ਇਸ ਜ਼ਮੀਨ ਦੀ ਕੀਮਤ ਲਗਭਗ 50 ਕਰੋੜ ਹੈ, ਕਿਸੇ ਨੂੰ ਸੈਲਫੀ ਪਾਰਕ ਬਣਾਉਣ ਲਈ ਲੀਜ਼ 'ਤੇ ਜਾਂ ਕਿਰਾਏ 'ਤੇ ਦਿੱਤੇ ਜਾਣ ਦੀ RTI ਰਾਹੀਂ ਜਾਣਕਾਰੀ 2 ਫਰਵਰੀ 2020 ਨੂੰ ਮੰਗੀ ਗਈ ਸੀ, ਪਰ ਨਗਰ ਕੌਂਸਲ ਦੇ EO ਕਾਰਜ ਸਾਧਕ ਅਫਸਰ ਵੱਲੋਂ ਪਤਾ ਨਹੀਂ ਕਿਉਂ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਜਗਦੀਸ਼ ਜੱਗਾ ਨੇ ਇਹ ਵੀ ਕਿਹਾ ਹੈ ਕਿ ਅਗਰ 30 ਤਾਰੀਖ ਤੋਂ ਪਹਿਲਾਂ ਮੈਨੂੰ RTI ਵੱਲੋਂ ਜੋ ਜਾਣਕਾਰੀ ਮੰਗੀ ਗਈ ਹੈ ਉਹ ਨਾ ਦਿੱਤੀ ਗਈ ਤੇ ਮਾਨਯੋਗ ਕਮਿਸ਼ਨਰ ਸਾਹਿਬ ਅਤੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ, ਕਿਉਂਕਿ ਰਾਜਪੁਰਾ ਦੇ ਲੋਕਾਂ ਵੱਲੋਂ ਇਸ ਜ਼ਮੀਨ ਨੂੰ ਲੀਜ਼ 'ਤੇ ਦਿੱਤੇ ਜਾਣ 'ਤੇ ਰੋਸ ਪਾਇਆ ਜਾ ਰਿਹਾ ਹੈ ਅਤੇ ਰਾਜਪੁਰੇ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਕੌਂਸਲਰਾਂ ਨੂੰ ਰਾਜਪੁਰੇ ਦੀ ਜਨਤਾ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਇਹ ਜੀ ਪੈਪਸੂ ਡਿਵੈਲਪਮੈਂਟ ਬੋਰਡ ਦੇ ਮੈਂ ਸੀਨੀਅਰ ਵਾਈਸ ਚੇਅਰਮੈਨ ਹੋਣ ਦੇ ਨਾਤੇ ਵੀ ਅਸੀਂ ਪੈਪਸੂ ਬੋਰਡ ਨੇ ਕਮੇਟੀ ਨੂੰ ਗ੍ਰੀਨ ਬੈਲਟ ਵਾਸਤੇ ITI ਚੌਂਕ 'ਤੇ ਥਾਂ ਦਿੱਤੀ ਹੋਈ ਸੀਗੀ। ਕਿੰਨੀ ਜਗ੍ਹਾ ਸੀ? ਜਗ੍ਹਾ ਉਹ ਹੈਗੀ ਜੀ 2 ਏਕੜ ਦੇ ਲਗਭਗ ਜਗ੍ਹਾ ਹੈਗੀ ਅਤੇ ਅਸੀਂ ਉਹਦੇ ਵਿੱਚ ਕੀ ਕਹਿੰਦੇ ਹਾਂ ਰੌਲਾ ਇਹ ਹੈਗਾ ਵੀ ਇਹ ਜਿਹੜੀ ਜਗ੍ਹਾ ਹੈ ਇਹ ਕਿੱਥੇ ਲੀਜ਼ 'ਤੇ ਜਾਂ ਕਿਰਾਏ 'ਤੇ ਦਿੱਤੀ ਗਈ ਹੈ ਅਤੇ ਮੈਂ RTA ਪਾਈ ਹੈ EO ਤੋਂ ਵੀ ਕਦੋਂ ਇਹਦਾ ਮਤਾ ਪਿਆ ਲੀਜ਼ 'ਤੇ ਦੇਣ ਵਾਸਤੇ ਅਤੇ ਕਿੰਨੇ ਦਾ ਟੈਂਡਰ ਲੱਗਿਆ ਅਤੇ EO ਨੇ ਅਜੇ ਤੱਕ 2 ਤਰੀਕ ਨੂੰ ਪਾਈ ਹੈ ਇਹ ਹੈਗੀ ਜੀ ਅਤੇ 2 ਤਰੀਕ ਨੂੰ ਪਾਈ ਹੈ ਅਤੇ ਅੱਜ 26 ਤਰੀਕ ਹੋ ਗਈ ਅਤੇ ਮੈਨੂੰ ਉਹਦਾ ਜਵਾਬ ਨਹੀਂ ਦਿੱਤਾ। ਮੈਂ 2 ਵਾਰੀ ਫੋਨ 'ਤੇ ਵੀ ਗੱਲ ਕਰੀ ਹੈ MA ਸਾਹਿਬ ਨਾਲ ਵੀ ਅਤੇ EO ਨਾਲ ਵੀ ਮੈਨੂੰ ਇਹਦਾ ਜਵਾਬ ਦਿਓ, ਉਹ ਗੋਲ ਮਟੋਲ ਕਰ ਜਾਂਦੇ ਇਸ ਕਰਕੇ ਅੱਜ ਪ੍ਰੈਸ ਕਾਨਫਰੰਸ ਕੀਤੀ। ਜਵਾਬ ਪਤਾ ਨਹੀਂ ਕਿਉਂ ਦੇ ਰਹੇ ਜੀ, ਹੁਣ ਲੋਕਾਂ 'ਚ ਇਹਦੇ 'ਚ ਸਾਡੀ ਸਰਕਾਰ ਦੀ ਅਤੇ ਪਾਰਟੀ ਦੀ ਬਦਨਾਮੀ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਇਹ ਜਗ੍ਹਾ 50 ਕਰੋੜ ਰੁਪਏ ਤੋਂ ਵੀ ਉੱਤੇ ਹੈ ਜਗ੍ਹਾ ਇਹ, ਅਤੇ ਲੋਕਾਂ 'ਚ ਇਹ ਹੈ ਵੀ ਇਹ ਲੋਕ ਇਹ ਕਹਿ ਰਹੇ ਨੇ ਵੀ ਕੋਈ ਜਾਂ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਾਂ ਅਸੀਂ ਵੀ ਚੁਣੇ ਹੋਏ ਨੁਮਾਇੰਦੇ ਹਾਂ ਵੀ ਇਹਨਾਂ ਨੇ ਜਾਂ ਤਾਂ ਦੱਬ ਲਈ ਕੋਈ ਪੈਸੇ ਖਾ ਕੇ ਇਹ ਵੀ ਉਹਨਾਂ ਦੇ ਮਨ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ, ਉਹਨਾਂ ਨੂੰ ਦਿਖਾਉਣਾ ਚਾਹੁੰਦੇ ਵੀ ਅਸੀਂ ਸਾਫ਼ ਸੁਥਰੇ ਹਾਂ ਵੀ ਸਾਨੂੰ ਜਵਾਬ ਦੇਣਾ ਚਾਹੀਦਾ। EO ਪਤਾ ਨਹੀਂ ਜਵਾਬ ਕਿਉਂ ਦੇ ਰਿਹਾ, ਗੋਲ ਮਟੋਲ ਕਰੀ ਜਾਂਦਾ, ਇਹ ਨਹੀਂ ਸਮਝ ਆ ਰਹੀ। ਚੁਣੇ ਨੁਮਾਇੰਦੇ ਕਿਤੇ ਕਿਹੜੇ ਵੱਲ ਇਸ਼ਾਰਾ ਕਰਦੇ? ਚੁਣੇ ਨੁਮਾਇੰਦਾ ਮੈਂ ਵੀ ਹੈਗਾ ਜੀ, ਮੁਖੇਜਾ ਜੀ ਬੈਠੇ, ਉਹ ਵੀ MC 29 ਹੈ, ਅਸੀਂ MC ਹੈਗੇ ਇੱਥੇ, ਸਾਰੇ ਚੁਣੇ ਨੁਮਾਇੰਦੇ ਵੀ ਹੈਗੇ, ਹੋਰ ਵੀ ਸਾਰੇ, ਮਤਲਬ ਕਿ ਚਲੋ ਪ੍ਰਧਾਨ ਵੀ ਹੈ, MLA ਵੀ ਚੁਣੇ ਹੋਏ, ਅਸੀਂ ਸਾਰਿਆਂ 'ਤੇ ਯਾਦ ਹੈ ਜਿਹੜੇ ਵੀ ਚੁਣੇ ਨੁਮਾਇੰਦੇ ਆ। ਜੇ ਸਪੋਜ਼ ਇਹ ਤੁਹਾਨੂੰ 30 ਦਿਨਾਂ ਦੇ ਅੰਦਰ ਨਹੀਂ ਦਿੰਦੇ RTI ਐਜ਼ ਪਰ ਰੂਲ, ਫਿਰ ਤੁਸੀਂ ਫਸਟ ਅਪੀਲੇਟ ਅਥਾਰਟੀ ਕੋਲ ਜਾਓਗੇ ਇਸ ਸੰਬੰਧ 'ਚ? ਹਾਂਜੀ ਹਾਂਜੀ ਜ਼ਰੂਰ ਜਾਵਾਂਗੇ, ਕਮਿਸ਼ਨਰ ਸਾਹਿਬ, ਕਮਿਸ਼ਨਰ ਜੀ ਕੋਲ, ਕਮਿਸ਼ਨਰ ਸਾਹਿਬ ਕੋਲ ਵੀ ਜਾਵਾਂਗੇ, ਉਸ ਤੋਂ ਬਾਅਦ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਵੀ ਜਾਵਾਂਗਾ। ਬਹੁਤ ਹੀ ਜਲਦ ਇਹਨਾਂ ਨੇ 7-8 ਦਿਨਾਂ ਦੇ ਵਿੱਚ ਜਵਾਬ ਨਹੀਂ ਦਿੱਤਾ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਵੀ ਜਾਵਾਂਗਾ ਅਤੇ ਉਹਨਾਂ ਨੂੰ ਦੱਸੂਗਾ ਵੀ ਸੀ ਵੀ ਸਾਡੀ ਸਰਕਾਰ ਅਤੇ ਪਾਰਟੀ ਦੀ ਬਦਨਾਮੀ ਹੋ ਰਹੀ ਹੈ। ਜੇ ਉੱਪਰੋਂ ਤੁਹਾਡਾ ਦਬਾਅ ਪੈ ਜਾਂਦਾ ਫਿਰ ਕਿੱਥੇ ਬੰਦ ਤਾਂ ਨਹੀਂ ਕਰਦੇ ਇਸ ਟੋਪਿਕ ਨੂੰ? ਇਹ ਮੈਂ ਤਾਂ ਅੱਜ ਤੱਕ ਨਾ ਦੱਬਿਆ ਨਾ ਦੱਬਾਂਗਾ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਮੈਨੂੰ ਕੋਈ ਦਬਾਅ ਨਹੀਂ ਪੈਂਦਾ ਅਤੇ ਅਸੀਂ ਆਪਣੀ ਪਾਰਟੀ ਵਾਸਤੇ ਹੀ ਕੰਮ ਕਰ ਰਹੇ ਹਾਂ, ਪਹਿਲਾਂ ਵੀ ਅਤੇ ਹੁਣ ਵੀ ਪਾਰਟੀ ਵਾਸਤੇ, ਪਾਰਟੀ ਦੀ ਬਿਹਤਰੀ ਵਾਸਤੇ ਹੀ ਕੰਮ ਕਰ ਰਹੇ। ਤੁਹਾਡਾ ਮਤਲਬ ਇਸ ਕੰਮ ਦੇ ਨਾਲ ਪਾਰਟੀ ਦੀ ਛਵੀ ਖਰਾਬ ਹੋ ਗਈ? ਹਾਂ, ਅਗਰ ਇਹ ਨਹੀਂ ਜਵਾਬ ਦਿੰਦਾ ਪਾਰਟੀ ਦੀ ਛਵੀ ਖਰਾਬ ਹੋ ਗਈ। ਇਸ ਸੰਬੰਧੀ ਨਗਰ ਕੌਂਸਲ ਦੇ EO ਕਾਰਜ ਸਾਧਕ ਅਫਸਰ ਨਾਲ ਵੀ ਫੋਨ 'ਤੇ ਗੱਲ ਕੀਤੀ ਗਈ, ਸੁਣੋ ਉਹਨਾਂ ਦਾ ਸੈਲਫੀ ਪਾਰਕ ਦੀ ਜ਼ਮੀਨ ਲੀਜ਼ ਉੱਤੇ ਦੇਣ ਬਾਰੇ ਕੀ ਕਹਿਣਾ ਹੈ। ਹੈਲੋ, ਹਾਂ ਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ। EO ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਰ ਕਿੱਥੇ ਹੋ ਤੁਸੀਂ, ਮਿਲ ਸਕਦੇ ਹੋ? ਮੈਂ ਤਾਂ ਵੀਰ ਪਟਿਆਲੇ ਆ। ਪਟਿਆਲੇ ਹੋ, ਡਿਊਟੀ ਲੱਗੀ ਹੋਈ ਹੈ ਹੈਰੀਟੇਜ ਮੈਨ ਤੇ। ਅੱਛਾ 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 ਸਰ, ਇੱਕ ਵੈਸੇ ਚਲੋ ਫੋਨ ਤੇ ਮੈਂ ਗੱਲ ਕਰ ਲੈਂਦਾ, ਇੱਕ ਨਾ ਆਪਣਾ ਜਗਦੀਸ਼ ਕੁਮਾਰ ਜੱਗਾ ਨੇ ਹੁਣ ਇੱਕ ਪ੍ਰੈਸ ਕਾਨਫਰੰਸ ਕਰੀ ਹੈ। ਅੱਛਾ ਜੀ। ਉਸ 'ਚ ਉਹ ਸਿੱਧਾ ਤੁਹਾਡੇ ਤੇ ਬਲੇਮ ਲਗਾ ਰਹੇ ਹੈ ਵੀ ਤੁਸੀਂ ਉਹਨਾਂ ਨੂੰ ਜਿਹੜੇ ਸੈਲਫੀ ਪਾਰਕ ਹੈ ਉਹਦੇ ਬਾਰੇ ਕਿਹੜਾ ਮਤਾ ਪਿਆ ਸੀ, ਕੀ ਹੋਇਆ ਸੀ, ਕਿਹਨੂੰ ਦਿੱਤੀ ਗਈ ਹੈ ਠੇਕੇ ਤੇ, ਕੋਈ ਕਹਿੰਦੇ ਡਿਟੇਲ ਦੇ ਨਹੀਂ ਪਾ ਰਹੇ ਉਹਨਾਂ ਨੂੰ, ਉਹਨਾਂ ਨੇ RTI ਵੀ ਲਗਾਈ ਹੋਈ ਹੈ। ਉਹਦੀਆਂ 2 RTI ਆਈਆਂ ਸੀਗੀਆਂ ਜੀ, ਪਹਿਲਾਂ ਮੁਖੀਜਾ ਜੀ ਦੀ ਆਈ ਸੀ। ਹਾਂਜੀ। ਫਿਰ ਹੁਣ ਬਾਅਦ ਚ ਜੱਗਾ ਜੀ ਦੀ ਆਈ ਹੈ। ਅੱਛਾ ਜੀ। ਜੱਗਾ ਜੀ ਦੀ ਹਜੇ ਟਾਈਮ ਰਹਿੰਦਾ ਸੀ, ਮੁਖੀਜਾ ਜੀ ਨੂੰ ਅਸੀਂ ਆਲਰੇਡੀ ਸੇਮ ਇੱਕੋ ਹੀ ਵਰਡਿੰਗ ਹੈ, ਡਿਟੋ ਹੈ, ਉਹ ਦੇ ਚੁੱਕੇ ਹਾਂ।
ਪਰ ਉਸ ਚ ਕਹਿੰਦੇ ਹੋ ਡਿਟੇਲ ਜਿਹੜੇ ਸਵਾਲ ਪੁੱਛੇ ਗਏ ਸੀ ਉਹ ਉਹਨਾਂ ਦੇ ਜਵਾਬ ਨੀ ਪ੍ਰੋਪਰ ਦੇ ਗਏ। ਤੁਸੀਂ ਪੁੱਛ ਲਓ, ਮੈਂ ਤੁਹਾਨੂੰ ਦੇ ਦੇਣਾ। ਮਤਾ ਨੰਬਰ ਪੁੱਛਿਆ ਸੀ ਜੀ, ਉਹਨਾਂ ਨੇ ਮਤਾ ਨੰਬਰ ਦਿੱਤਾ ਉਹਨਾਂ ਨੂੰ। ਅੱਛਾ ਜੀ, ਠੀਕ ਹੈ ਜੀ। ਹਾਲਾਂਕਿ ਦੋਨੋਂ ਮੈਂਬਰ ਸਾਹਿਬਾਨ, ਹਾਂਜੀ ਹਾਂਜੀ, ਦੋਵੇਂ ਪ੍ਰੋਸੀਡਿੰਗਸ ਉਹਨਾਂ ਨੂੰ ਭੇਜੀਆਂ ਹੋਈਆਂ, ਆਫੀਸ਼ੀਅਲੀ ਭੇਜੀਆਂ ਹੋਈਆਂ ਨੇ। ਅੱਛਾ ਜੀ, ਇਹ ਠੇਕਾ ਵੈਸੇ ਕਿਹਨੂੰ ਦਿੱਤਾ ਹੋਇਆ ਸੀ? ਇਹ ਗੁਲਮੋਹਰ ਨਰਸਰੀ ਵਾਲਾ ਜੀ, ਜਿਹੜਾ ਬੰਦਾ ਗੁਲਮੋਹਰ ਨਰਸਰੀ। ਹਾਂਜੀ, ਤੇ ਉਹ ਇੱਕ ਕਹਿੰਦੇ ਵੀ ਗ੍ਰੀਨ ਬੈਲਟ ਹੈ, ਇਹ ਅੱਗੇ ਠੇਕੇ ਤੇ ਦਿੱਤੀ ਨਹੀਂ ਜਾ ਸਕਦੀ, ਇਹ ਵੀ ਉਹਨਾਂ ਦਾ ਸਵਾਲ ਸੀ। ਗ੍ਰੀਨ ਬੈਲਟ ਹੈ ਜੀ, ਬਿਲਕੁਲ, ਉਹਦੇ ਗ੍ਰੀਨ ਬੈਲਟ ਨੂੰ ਗ੍ਰੀਨ ਬੈਲਟ ਡਿਵੈਲਪ ਕੀਤਾ ਜਾ ਸਕਦਾ, ਉੱਥੇ ਪੱਕੀ ਕੰਸਟਰਕਸ਼ਨ ਨਹੀਂ ਕੀਤੀ ਜਾ ਸਕਦੀ। ਮੈਂ ਠੇਕੇ ਤੇ ਆਪਾਂ ਦੇ ਸਕਦੇ ਹਾਂ ਨਰਸਰੀ ਵਾਸਤੇ? ਬਿਲਕੁਲ, ਉਹ ਤਾਂ ਡਿਵੈਲਪ ਕਰਨਾ ਜੀ, ਆਪਾਂ ਹੁਣ ਪਾਰਕ ਵੀ ਦਿੱਤੇ ਹੋਏ ਨੇ ਪ੍ਰਾਈਵੇਟ ਉਹਨਾਂ ਨੂੰ, ਐਸੋਸੀਏਸ਼ਨ ਨੂੰ, ਸਾਰੇ ਪਾਰਕ ਹੀ ਦਿੱਤੇ ਹੋਏ ਨੇ ਆਪਾਂ। ਕਮੇਟੀ ਸਿੱਧੇ ਤੌਰ ਤੇ ਤਾਂ ਕੋਈ ਵੀ ਨਹੀਂ ਡਿਵੈਲਪ ਕਰ ਰਹੀ। ਅੱਛਾ ਜੀ, ਜਿੰਨੇ ਵੀ ਪਾਰਕ ਨੇ ਰਾਜਪੁਰੇ ਦੇ, ਉਹ ਕਿਸੇ ਨਾ ਕਿਸੇ ਸੰਸਥਾ ਨੂੰ ਦਿੱਤੇ ਹੋਏ ਨੇ। ਅੱਛਾ ਜੀ, ਤੇ ਇਹਦੇ ਚ ਜ਼ਿਆਦਾ ਖਰਚਾ ਇਨਵੋਲਵਡ ਸੀਗਾ, ਕਿਉਂਕਿ ਇਹ ਸਾਰਾ, ਇਹ ਚ ਘਾਹ ਨੀ ਨਾ ਲੱਗਣਾ, ਇਹ ਸਾਰਾ ਜਿਹੜਾ ਹੈਗਾ ਫਲਾਵਰ ਵੈਲੀ ਬਣ ਰਹੀ ਹੈ। ਅੱਛਾ ਜੀ, ਇਹਦੇ ਤੇ ਇੱਕ ਸੀਜ਼ਨ ਦਾ 4-4.5 ਲੱਖ ਰੁਪਿਆ ਖਰਚਾ, ਮਤਲਬ 9 ਲੱਖ ਰੁਪਏ ਦਾ ਖਰਚਾ ਹੈਗਾ ਸਾਲਾਨਾ। ਅੱਛਾ ਜੀ, ਜੇ ਕਮੇਟੀ ਆਪ ਕਰੇ ਤੇ ਇਹਨੂੰ ਡਿਵੈਲਪ ਕਰੇਗੀ, 9 ਲੱਖ ਰੁਪਏ ਸਾਲਾਨਾ ਖਰਚਾ ਪੈਣਾ। ਠੀਕ ਹੈ ਜੀ, ਤੇ ਹੁਣ ਅਸੀਂ ਇਸੇ ਕਰਕੇ ਉਹਨੂੰ, ਜਿਹੜਾ ਬੰਦਾ ਗੁਲਮੋਹਰ ਵਾਲਾ ਹੈਗਾ, ਇਹੀ ਸ਼ਰਤਾਂ ਦੇ ਦਿੱਤੀਆਂ ਨੇ, ਸਾਰੇ ਸ਼ਰਤਾਂ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ। ਮੁਕੀਜਾ ਸਾਹਿਬ ਕੋਲ ਹੈਗੀਆਂ ਨੇ, ਮੁਕੀਜਾ ਸਾਹਿਬ ਤੁਸੀਂ ਲੈ ਲਓ। ਠੀਕ ਹੈ ਜੀ, ਠੀਕ ਹੈ ਸਰ, ਤੇ ਕੋਈ ਹੋਰ ਕੋਈ ਸਵਾਲ ਆ ਤਾਂ ਹੋਰ ਪੁੱਛ ਲਓ, ਅਸੀਂ ਹੋਰ ਦੇ ਦਿੰਦੇ, ਦੱਸ ਦੇਣਾ ਜਵਾਬ। ਠੀਕ ਹੈ ਸਰ, ਠੀਕ ਹੈ, ਧੰਨਵਾਦ ਜੀ, ਥੈਂਕ ਯੂ। ਰਾਜਪੁਰੇ ਤੋਂ ਵਿਜੇ ਵੋਰਾ ਦੀ ਰਿਪੋਰਟ। ਬਦਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ, ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ। ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।